Sikh communities in Bathinda has protested against SGPC members and Baba Jagtar Singh for demolishing the historic Darshani Judi situated in Shri Darbar Sahib Gurdwara in Tarantaran. Sikh communities express grief and deep concern over this unacceptable act of demolishing the Judi Sahib and burn down the effigies of SGPC members. Vaheguru Ji ka Khalsa, Vaheguru Ji ki Fateh. Uda karan saryan nu hi pata hai, Sikh sangatan nu vi, aam janta nu vi pata. ਕਿ ਜੋ ਸਾਡੀਆਂ ਪ੍ਰਾਤਨ ਇਤਿਹਾਸਕ ਸਾਡੀਆਂ ਇਮਾਰਤਾਂ ਜਾਂ ਸਾਡੇ ਬਾਗ ਸਾਡੇ ਪ੍ਰਾਤਨ ਦਰਖਤ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਾਂ ਜੋ ਗੁਰੂ ਸਾਹਿਬਾਂ ਵੇਲੇ ਦੀਆਂ ਸਿੱਖ ਰਾਜ ਵੇਲੇ ਦੀਆਂ ਉਹਨਾਂ ਨੂੰ ਤੈਸ਼ ਨੈਸ਼ ਬੜੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ ਅਤੇ ਜਿਨ੍ਹਾਂ 'ਚੋਂ ਇੱਕ ਨਿਸ਼ਾਨੀ ਜਿਹੜੀ ਆ ਸਾਡੀ ਇਤਿਹਾਸਕ ਇਮਾਰਤ ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਜਿਹੜੀ ਦਰਸ਼ਨੀ ਡਿਉੜੀ ਸੀ ਉਹ ਸਿੱਖ ਰਾਜ ਵੇਲੇ ਦੀ ਖੜ੍ਹੀ ਸੀ ਜਿਹੜੀ ਪਰਸੋਂ ਰਾਤ ਨੂੰ ਕਾਰ ਸੇਵਾ ਦੇ ਨਾਂ 'ਤੇ ਇਸ ਨੂੰ ਭੰਨ ਕੇ ਉੱਪਰੋਂ ਉੱਪਰੋਂ ਦਾ ਕਾਫੀ ਨੁਕਸਾਨ ਕਰਤਾ ਜਦੋਂ ਸਿੰਘਾਂ ਨੇ ਵਿਰੋਧ ਕਰਿਆ ਸਿੱਖਾਂ ਨੇ ਆਮ ਸਿੱਖਾਂ ਨੇ ਵਿਰੋਧ ਕਰਿਆ ਅਤੇ ਇਹਨਾਂ ਲੋਕਾਂ ਨੂੰ ਆਪਣੇ ਉੱਥੇ ਥੌੜੇ ਟੋਕਰੀਆਂ ਬੱਠਲ ਛੱਡ ਕੇ ਭੱਜਣਾ ਪਿਆ ਅਖੌਤੀ ਕਾਰ ਸੇਵਕਾਂ ਦਾ ਅਖੌਤੀ ਸ਼੍ਰੋਮਣੀ ਕਮੇਟੀ ਵਾਲੇ ਪ੍ਰਧਾਨ ਦਾ ਔਰ ਜਿਹੜੇ ਉਹਨਾਂ ਦੇ ਨਾਲ ਦੇ ਬਾਕੀ ਜਗਟਵ ਦੇ ਮੈਂਬਰ ਨੇ ਅਤੇ ਅਸੀਂ ਸਾਰੀਆਂ ਹੀ ਸਿੱਖ ਸੰਗਤਾਂ ਉਹਨਾਂ ਦਾ ਇੱਥੇ ਪੁਤਲਾ ਫੂਕ ਕੇ ਵਿਰੋਧ ਕਰਦੇ ਹਾਂ ਨਾਲ ਦੀ ਨਾਲ ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਸਾਡਾ ਤਾਂ 500-600 ਸਾਲ ਪੁਰਾਣਾ ਇਤਿਹਾਸ ਹੈ ਉਹ ਵੀ ਇਹਨਾਂ ਨੇ ਖਤਮ ਕਰਤਾ ਚਾਹੇ ਉਹ ਚਮਕੌਰ ਦੀ ਕੱਚੀ ਗੜੀ ਦੀ ਗੱਲ ਹੋਵੇ ਚਾਹੇ ਉਹ ਖਾਲਸੇ ਦਾ ਘਰ ਹੋਵੇ ਅਨੰਦਪੁਰ ਸਾਹਿਬ ਦੀ ਗੱਲ ਹੋਵੇ ਚਾਹੇ ਉਹ ਸਰਹੰਦ ਦੀ ਦੀਵਾਰ ਹੋਵੇ ਹਰ ਜਗ੍ਹਾ ਨੇ ਢਾ ਕੇ ਉੱਥੇ ਗੁਰਦੁਆਰੇ ਉਸਾਰ ਦਿੱਤੇ ਗਏ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਜੇ ਇੱਕ ਕਹਾਣੀ ਨੂੰ ਕਿਸੇ ਕਿਤਾਬ ਦੇ ਵਿੱਚ ਪੜ੍ਹੀਏ ਤਾਂ ਉਹ ਓਨਾ ਪ੍ਰਭਾਵ ਨਹੀਂ ਪਾਉਂਦੀ ਪਰ ਜੇ ਉਸ ਕਹਾਣੀ ਨੂੰ ਅਸੀਂ ਕਿਸੇ ਨਾਟਕ ਦੇ ਰੂਪ ਦੇ ਵਿੱਚ ਦੇਖਦੇ ਹਾਂ ਕਿਸੇ ਫਿਲਮ ਦੇ ਰੂਪ 'ਚ ਦੇਖਦੇ ਹਾਂ ਤਾਂ ਜ਼ਿਆਦਾ ਅਸਰ ਪਾਉਂਦੀ ਹੈ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਇਤਿਹਾਸ ਕਿਤਾਬਾਂ 'ਚ ਪੜ੍ਹਨ ਦੀ ਨਾਲ ਜੇ ਉਹ ਇਤਿਹਾਸ ਦੀ ਕੋਈ ਸਾਡੇ ਜਿਹੜੇ ਨਾਮੋ ਨਿਸ਼ਾਨ ਨੇ ਸਾਡੀਆਂ ਇਮਾਰਤਾਂ ਨੇ ਦਿਵਾਨ ਟੋਡਰਮੱਲ ਦੀ ਹਵੇਲੀ ਦੇਖੋ ਕੀ ਹਾਲਾਤ ਉਹਦੇ ਬਣੇ ਪਏ ਨੇ ਉੱਧਰ ਨੂੰ ਵੀ ਕੋਈ ਧਿਆਨ ਨਹੀਂ ਹੈਗਾ ਇਹਨਾਂ ਦਾ ਹੈ ਨਾ ਸੋ ਇੱਕ ਬਹੁਤ ਵੱਡੀ ਸਾਜਿਸ਼ ਆ ਸਿੱਖ ਕੌਮ ਦੇ ਨਾਲ ਕਿ ਸਾਡੀਆਂ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਖਤਮ ਕੀਤੀਆਂ ਜਾ ਰਹੀਆਂ ਨੇ A report by Kanal Bansal from Bathinda for Bright Punjab Express.